ਮੇਰੇ ਅਤੀ ਪਿਆਰਿਓ, ਯੇਸੂ ਮਸੀਹ ਦੇ ਨਾਂ ਵਿੱਚ ਮੈਂ ਤੁਹਾਡਾ ਸਵਾਗਤ ਕਰਦਾ ਹਾਂ। ਕੀ ਤੁਸੀਂ ਠੀਕ ਠਾਕ ਹੋ? ਕੀ ਤੁਸੀਂ ਖੁਸ਼ ਆਨੰਦ ਹੋ? ਜਾਂ ਫਿਰ ਕੋਈ ਐਸੀ ਵਜ੍ਹਾ ਹੈ ਜਿਸ ਕਰਕੇ ਤੁਹਾਡੇ ਮਨ ਦੇ ਵਿੱਚ ਖੁਸ਼ੀ ਨਹੀਂ ਹੈ, ਕਿਸੇ ਗੱਲ ਕਰਕੇ ਉਦਾਸ ਹੋ ਅਤੇ ਬਹੁਤ ਹੀ ਦੁਖੀ ਹੋ, ਸੋਚ ਰਹੇ ਹੋ ਮੈਂ ਕੋਈ ਫੈਸਲਾ ਕੀਤਾ ਉਸ ਫੈਸਲੇ 'ਤੇ ਟਿਕਿਆ ਨਹੀਂ ਰਹਿ ਸਕਿਆ, ਪ੍ਰਾਰਥਨਾ ਕਰਨ ਦਾ ਫੈਸਲਾ ਕੀਤਾ ਲੇਕਿਨ ਪ੍ਰਾਰਥਨਾ ਨਹੀਂ ਕਰ ਪਾ ਰਹੇ, ਰੋਜ਼ਾਨਾ ਬਾਈਬਲ ਪੜ੍ਹਨ ਦਾ ਫੈਸਲਾ ਕੀਤਾ ਲੇਕਿਨ ਬਾਈਬਲ ਨਹੀਂ ਪੜ੍ਹ ਪਾ ਰਹੇ, ਕਦੇ ਪ੍ਰਾਰਥਨਾ ਨਹੀਂ ਕਰਦੇ, ਕਦੇ ਬਾਈਬਲ ਨਹੀਂ ਪੜ੍ਹਦੇ, ਆਤਮਿਕ ਜੀਵਨ ਵਿੱਚ ਅੱਗੇ ਨਹੀਂ ਵੱਧ ਪਾ ਰਹੇ ਅਤੇ ਇਸ ਕਰਕੇ ਤੁਹਾਡਾ ਮਨ ਦੁਖੀ ਹੈ, ਤਾਂ ਅੱਜ ਤੁਹਾਨੂੰ ਪਰਮੇਸ਼ਰ ਇੱਕ ਬਹੁਤ ਅਦਭੁਤ ਵਾਅਦਾ ਦੇਣ ਜਾ ਰਿਹਾ ਹੈ। ਪ੍ਰਭੂ ਕੀ ਚਾਹੁੰਦਾ ਹੈ? ਦੂਸਰਾ ਤਿਮੋਥੀਅਸ 2 ਅਧਿਆਏ ਅਤੇ ਉਸ ਦੀ 13 ਆਇਤ, ਇੱਥੇ ਲਿਖਿਆ ਹੈ, ਭਾਵੇਂ ਅਸੀਂ ਬੇਵਫਾ ਹੋਈਏ ਪਰ ਉਹ ਵਫ਼ਾਦਾਰ ਰਹਿੰਦਾ ਹੈ। ਜਿਸ ਸਮੇਂ ਮੈਂ ਸਿਵਕਾਈ ਨੂੰ ਸ਼ੁਰੂ ਕੀਤਾ ਉਸ ਸਮੇਂ ਮੇਰੇ ਜੀਵਨ ਵਿੱਚ ਆਤਮਿਕ ਤੌਰ 'ਤੇ ਕਈ ਵਾਰ ਡਗਮਗਾਇਆ, ਜੋ ਵੀ ਫੈਸਲੇ ਮੈਂ ਕਰਦਾ ਸੀ ਬਹੁਤ ਵਾਰ ਉਹਨਾਂ ਉੱਤੇ ਟਿਕਿਆ ਨਹੀਂ ਰਹਿੰਦਾ ਸੀ, ਕਈ ਵਾਰ ਸਹੀ ਢੰਗ ਨਾਲ ਪ੍ਰਾਰਥਨਾ ਨਹੀਂ ਕਰਦਾ ਸੀ ਅਤੇ ਕਈ ਵਾਰ ਸਹੀ ਢੰਗ ਨਾਲ ਬਾਈਬਲ ਵੀ ਨਹੀਂ ਪੜ੍ਹਦਾ ਸੀ, ਅਤੇ ਐਸੇ ਸਮੇਂ ਮੈਂ ਪ੍ਰਭੂ ਦੇ ਇੱਕ ਸੇਵਕ ਨੂੰ ਮਿਲਿਆ ਅਤੇ ਪ੍ਰਭੂ ਨੇ ਇਸ ਵਚਨ ਰਾਹੀਂ ਮੇਰੇ ਨਾਲ ਗੱਲ ਕੀਤੀ ਕਿ ਭਾਵੇਂ ਅਸੀਂ ਬੇਵਫਾ ਹੋਈਏ ਪਰ ਪਰਮੇਸ਼ਰ ਵਫ਼ਾਦਾਰ ਰਹਿੰਦਾ ਹੈ। ਪਰਮੇਸ਼ਰ ਨੇ ਮੈਨੂੰ ਕਿਹਾ, ਮੇਰੇ ਬੇਟੇ, ਮੈਂ ਤੈਨੂੰ ਬੁਲਾਇਆ ਹੈ ਅਤੇ ਤੇਰਾ ਬੁਲਾਉਣ ਵਾਲਾ ਵਫ਼ਾਦਾਰ ਹੈ। ਫਿਰ ਪਰਮੇਸ਼ਰ ਨੇ ਕਿਹਾ, ਤੇਰੇ ਵਾਸਤੇ ਭਵਿੱਖਬਾਣੀ ਦਾ ਜੋ ਵਚਨ ਮੈਂ ਦਿੱਤਾ ਹੈ ਮੈਂ ਉਸ ਦੇ ਵਿੱਚ ਵਫ਼ਾਦਾਰ ਹਾਂ, ਅਤੇ ਪਰਮੇਸ਼ਰ ਨੇ ਮੈਨੂੰ ਕਿਹਾ, ਮੈਂ ਤੇਰਾ ਬੁਲਾਉਣ ਵਾਲਾ ਹਾਂ ਅਤੇ ਮੈਂ ਵਫ਼ਾਦਾਰ ਰਹਾਂਗਾ, ਅਤੇ ਜੇਕਰ ਤੂੰ ਸਾਰੇ ਕੰਮਾਂ ਵਿੱਚ ਵਫ਼ਾਦਾਰ ਨਾ ਵੀ ਰਹੇਗਾ ਤਾਂ ਵੀ ਮੈਂ ਤੇਰੇ ਨਾਲ ਸਾਰੇ ਕੰਮਾਂ 'ਚ ਵਫ਼ਾਦਾਰ ਰਹਾਂਗਾ, ਮੇਰੀ ਕਿਰਪਾ ਤੇਰੇ ਲਈ ਕਾਫ਼ੀ ਹੈ, ਤੂੰ ਕਦੇ ਚਿੰਤਾ ਨਹੀਂ ਕਰਨੀ ਹੈ। ਪਰਮੇਸ਼ਰ ਨੇ ਆਪਣੇ ਵਚਨ ਦੁਆਰਾ ਮੇਰੇ ਨਾਲ ਗੱਲ ਕੀਤੀ, ਭਾਵੇਂ ਕਿ ਮੈਂ ਪ੍ਰਾਰਥਨਾ ਕਰਨ ਦਾ ਫੈਸਲਾ ਕੀਤਾ ਸੀ ਪਰ ਆਪਣੇ ਫੈਸਲੇ ਉੱਤੇ ਮੈਂ ਕਾਇਮ ਨਹੀਂ ਰਿਹਾ, ਅਤੇ ਇਸ ਤੋਂ ਇਲਾਵਾ ਮੈਂ ਬਾਈਬਲ ਪੜ੍ਹਨ ਦਾ ਵੀ ਫੈਸਲਾ ਕੀਤਾ ਸੀ ਪਰ ਉਸ 'ਤੇ ਵੀ ਕਾਇਮ ਨਹੀਂ ਰਿਹਾ, ਅਤੇ ਮੈਂ ਆਪਣੇ ਆਤਮਿਕ ਜੀਵਨ ਵਿੱਚ ਹਮੇਸ਼ਾ ਪਿੱਛੇ ਰਿਹਾ। ਬਹੁਤ ਵਾਰ ਐਸਾ ਹੋਇਆ ਜਦੋਂ ਮੈਂ ਆਪਣੇ ਆਤਮਿਕ ਜੀਵਨ 'ਚ ਸਹੀ ਢੰਗ ਨਾਲ ਨਹੀਂ ਚੱਲਿਆ, ਲੇਕਿਨ ਪਰਮੇਸ਼ਰ ਆਪਣੇ ਸਾਰੇ ਵਾਅਦਿਆਂ ਵਿੱਚ ਵਫ਼ਾਦਾਰ ਹੀ ਰਿਹਾ। ਪਰਮੇਸ਼ਰ ਨੇ ਕਿਹਾ ਕਿ ਮੈਂ ਤੇਰੇ ਨਾਲ ਵਾਅਦਾ ਕੀਤਾ ਹੈ, ਮੈਂ ਤੈਨੂੰ ਕਦੇ ਵੀ ਨਹੀਂ ਛੱਡਾਂਗਾ ਅਤੇ ਕਦੇ ਵੀ ਤੈਨੂੰ ਨਹੀਂ ਤਿਆਗਾਂਗਾ, ਅਤੇ ਆਪਣੇ ਵਚਨ ਨੂੰ ਮੈਂ ਤੇਰੇ ਜੀਵਨ 'ਚ ਉਚਿਤ ਢੰਗ ਨਾਲ ਜ਼ਰੂਰ ਪੂਰਾ ਕਰਾਂਗਾ। ਮੇਰੇ ਪਿਆਰਿਓ, ਤੁਸੀਂ ਆਪਣੇ ਮਨ ਦੇ ਵਿੱਚ ਬਹੁਤ ਚਿੰਤਾ, ਬਹੁਤ ਪਰੇਸ਼ਾਨੀ ਨਾਲ ਇਹ ਪ੍ਰੋਗਰਾਮ ਵੇਖ ਰਹੇ ਹੋ ਕਿ ਮੈਂ ਆਪਣੇ ਵਾਅਦੇ ਨੂੰ ਪੂਰਾ ਨਹੀਂ ਕਰ ਪਾ ਰਿਹਾ ਹਾਂ, ਪਰ ਪ੍ਰਭੂ ਕਹਿ ਰਿਹਾ ਹੈ, ਮੇਰੇ ਪਿਆਰੇ ਬੇਟੇ, ਬੇਟੀ, ਭਾਵੇਂ ਤੂੰ ਆਪਣੇ ਵਾਅਦੇ ਨੂੰ ਸਹੀ ਢੰਗ ਨਾਲ ਨਹੀਂ ਨਿਭਾਇਆ ਹੈ ਅਤੇ ਇਸ ਕਰਕੇ ਬਹੁਤ ਹੀ ਚਿੰਤਿਤ ਹੈ, ਲੇਕਿਨ ਪ੍ਰਭੂ ਕਹਿੰਦਾ ਹੈ, ਚਿੰਤਾ ਨਾ ਕਰੋ ਮੇਰੇ ਬੇਟੇ, ਮੇਰੀ ਬੇਟੀ, ਮੈਂ ਆਪਣੇ ਵਚਨ ਵਿੱਚ ਵਫ਼ਾਦਾਰ ਰਹਿੰਦਾ ਹਾਂ, ਮੈਂ ਵਚਨ ਵਿੱਚ ਜੋ ਕਿਹਾ ਹੈ ਉਸ ਤੋਂ ਕਦੇ ਨਹੀਂ ਪਲਟਾਂਗਾ ਅਤੇ ਤੈਨੂੰ ਕਦੇ ਨਹੀਂ ਤਿਆਗਾਂਗਾ, ਮੈਂ ਆਪਣੇ ਵਚਨ ਦੇ ਅਨੁਸਾਰ ਤੇਰੇ ਨਾਲ ਰਹਾਂਗਾ ਅਤੇ ਨਾ ਤੈਨੂੰ ਛੱਡਾਂਗਾ ਅਤੇ ਨਾ ਤਿਆਗਾਂਗਾ। ਸਾਡਾ ਬੁਲਾਉਣ ਵਾਲਾ ਪਰਮੇਸ਼ਰ ਵਫ਼ਾਦਾਰ ਹੈ ਅਤੇ ਆਪਣੀ ਵਫ਼ਾਦਾਰੀ ਦੇ ਕਾਰਨ ਹੀ ਅੱਜ ਤੱਕ ਉਸਨੇ ਸਾਡੇ ਹੱਥਾਂ ਨੂੰ ਨਹੀਂ ਛੱਡਿਆ ਅਤੇ ਸਾਡਾ ਹੱਥ ਫੜ ਕੇ ਸਾਡੀ ਅਗਵਾਈ ਕਰਦਾ ਆਇਆ ਹੈ। ਇਸ ਲਈ ਅੱਜ ਅਸੀਂ ਕਹਾਂਗੇ, ਬਹੁਤ ਵਾਰ ਮੈਂ ਵਫ਼ਾਦਾਰ ਨਹੀਂ ਰਹਿੰਦਾ, ਮੈਂ
ਆਪਣੇ ਕੀਤੇ ਹੋਏ ਵਾਅਦੇ ਨੂੰ ਪੂਰਾ ਨਹੀਂ ਕਰ ਪਾਉਂਦਾ ਹਾਂ, ਪਰ ਤੂੰ ਮੇਰੀ ਅਗਵਾਈ ਕਰ ਪ੍ਰਭੂ। ਤੂੰ ਵਫ਼ਾਦਾਰ ਪਰਮੇਸ਼ਰ ਹੈ, ਇਸ ਕਰਕੇ ਮੇਰੀ ਅਗਵਾਈ ਕਰ। ਹੇ ਪਰਮੇਸ਼ਰ, ਅਸੀਂ ਆਪਣੇ ਵਾਅਦੇ ਉੱਤੇ ਕਾਇਮ ਨਹੀਂ ਰਹਿੰਦੇ ਹਾਂ। ਅਸੀਂ ਹਮੇਸ਼ਾ ਆਪਣੇ ਵਾਅਦੇ ਨੂੰ ਭੁੱਲ ਜਾਂਦੇ ਹਾਂ, ਆਪਣੇ ਵਾਅਦੇ 'ਤੇ ਕਾਇਮ ਨਹੀਂ ਰਹਿੰਦੇ ਹਾਂ ਅਤੇ ਆਤਮਿਕ ਜੀਵਨ 'ਚ ਪਿੱਛੇ ਹਟ ਜਾਂਦੇ ਹਾਂ। ਪਰ ਤੂੰ ਵਫ਼ਾਦਾਰ ਪਰਮੇਸ਼ਰ ਹੈ, ਤੂੰ ਆਪਣੇ ਵਚਨ ਤੋਂ ਆਪਣੇ ਵਾਅਦੇ ਤੋਂ ਮੁੱਕਰਦਾ ਨਹੀਂ ਹੈ ਅਤੇ ਵਚਨ ਦੇ ਅਨੁਸਾਰ ਸਾਡੀ ਅਗਵਾਈ ਕਰਦਾ ਹੈ। ਯੇਸੂ ਦੇ ਨਾਂ ਵਿੱਚ ਪ੍ਰਾਰਥਨਾ ਕਰਦੇ ਹਾਂ ਪਿਤਾ, ਆਮੀਨ ਆਮੀਨ।